ਹਾਂਜੀ ਨਵਿੰਦਰ ਨਾਲ ਨਾਲ ਵਲੌਗ ਦੇ ਆਪਾਂ ਕਰਾਂਗੇ ਸਟਾਰਟਿੰਗ ਇਸ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਅਸੀਂ ਕਿਉਂਕਿ ਸਾਡੇ ਕੋਲ ਤਾਂ ਪਰਟੀਕੁਲਰ ਕੁਛ ਵੀ ਨਹੀਂ ਹੈਗਾ ਖਾਣ ਨੂੰ ਅਤੇ ਇਸ ਵਲੌਗ ਅਤੇ ਇਸ ਵਲੌਗ ਦੀ ਸਟਾਰਟਿੰਗ ਹੋਈ ਹੈ ਇੱਕ ਖਾਣ ਦੇ ਨਾਲ ਨੁਕਸਾਨ ਇਹ ਹੈ ਕਿ ਸਾਡੀ ਤਾਜ਼ੀ ਬਣੀ ਗਲੀ ਦੇ ਇੱਕ ਟਾਇਲ ਟੁੱਟ ਗਈ ਹੋਈ ਹੈ ਸੋਰੀ ਲੈਗ ਬਿਊਟੀ ਦੇਖੀ ਤਾਜ਼ੀ ਬਣੀ ਗਲੀ ਦੀ ਟਾਇਲ ਟੁੱਟ ਗਈ ਇਹ ਤੋਂ ਵੱਡਾ ਦੱਸੋ ਨੁਕਸਾਨ ਕੀ ਹੋ ਸਕਦਾ ਇੱਕ ਆਮ ਬੰਦੇ ਦੀ ਜ਼ਿੰਦਗੀ ਥੋੜ੍ਹੀ ਦੁੱਖ ਤਕਲੀਫਾਂ ਧਾਕੇ ਮਿੱਟੀ ਕਾਟਾ ਚਲੋ ਲੋ ਦੇਖ ਲਓ ਹੱਥਾਂ ਨਾਲ ਪਲੋਸ਼ ਮਾਰ ਰਿਹਾ ਛੋਟੇ ਨੇ ਕਰਮਾਂ ਦੀ ਸ਼ੁਰੂਆਤ ਹੁੰਦੀ ਰਹਿਣੀ ਚਾਹੀਦੀ ਦੇਖ ਯਾਰ ਚੀਜ਼ ਚੱਲੇਗੀ ਸੜਕ ਤੇ ਤਾਂ ਵੱਜੇਗੀ ਵੱਜੇਗੀ ਨਹੀਂ ਤੇ ਡਿੱਗੇਗੀ ਡਿੱਗੇਗੀ ਨਹੀਂ ਤੇ ਉੱਡੇਗੀ ਤੇ ਜ਼ਰੂਰ ਹੀ ਉੱਡ ਕੇ ਕਰਮ ਕੀਤਾ ਸੀ ਮੈਂ ਤਾਂ ਇਹ ਮੈਂ ਤੈਨੂੰ ਕਿਹਾ ਸੀ ਮੈਂ ਰੈਪ ਕਰਾ ਦਿੰਦਾ ਤੂੰ ਮੰਨੇ ਨਹੀਂ ਮੈਂ ਕਿਹਾ ਸੀ ਸਪੋਂਸਰ ਜੱਟ ਕਰੇਗਾ ਮੰਨੇ ਨਹੀਂ ਹੁਣ ਉਸੇ ਦਿਨ ਲਈ ਵੈਲਿਡ ਸੀਗੀ ਆ ਸਕੀਮ ਹੁਣ ਤੋਂ ਭਾਵੇਂ ਚੱਲ ਮੈਂ ਵੀ ਅੱਧ ਲਾ ਦੀਏ ਮੈਂ ਯਾਰ ਤੁਸੀਂ ਸਹੀ ਜਾਂਦੇ ਕਮੈਂਟ 'ਚ ਕੋਈ ਥਾਂ ਦੱਸੋ ਯਾਰ ਘੈਂਟ ਜੀ ਨਾ ਐਕਟੀਵਿਟੀ ਵਾਲੀ ਥਾਂ ਹੋਵੇ ਕਿਤੇ ਜਾਣਾ ਯਾਰ ਉਹ ਕੀ ਕਹਿੰਦੇ ਹੁਣ ਓਲਿਸਿਸ ਵਾਲੇ ਗਰੁੱਪ ਕੀ ਕਹਿੰਦੇ ਪਏ ਆ ਕਿਹੜੇ ਓਲਿਸਿਸ ਵਾਲੇ ਓਲਿਸਿਸ ਵਾਲੇ ਮੈਂ ਹੀ ਕਿਹਾ ਸੀ ਮੈਂ ਕਿਤੇ ਮਿਲੋ ਕੁਛ ਕਰੋ ਯਾਰ ਬੜਾ ਸੋਹਣਾ ਪਾਇਆ ਬਾਕੀ ਮੈਂ ਕਹਿੰਦਾ ਕਿ ਇੰਸਟਾਗ੍ਰਾਮ 'ਤੇ ਇੱਕ ਤਾਂ ਮੈਂ ਰੀਲਾਂ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਖਿੱਚਿਆ ਹੋਇਆ ਕੰਮ ਕਿਉਂ ਖਿੱਚਿਆ ਹੋਇਆ ਕਿਉਂਕਿ ਮੈਂ ਕਹਿੰਦਾ ਕਿ ਇੰਸਟਾਗ੍ਰਾਮ 'ਤੇ ਕੋਈ ਆ ਜਾਵੇ ਨਾ ਵਿਊ ਵੀ ਆ ਜ਼ਿਆਦਾ ਅਤੇ ਬੰਦੇ ਨੇ ਆਪੇ ਪ੍ਰੋਫਾਈਲ ਚੈੱਕ ਕਰਨੀ ਅਤੇ ਯੂਟਿਊਬ ਲਿਖਿਆ ਹੋਇਆ ਤਾਂ ਤੁਹਾਡੀ ਯੂਟਿਊਬ ਦੀ ਰੀਚ ਵਧੂਗੀ ਨਾ ਸਿਰਫ ਯੂਟਿਊਬ ਦੇ ਚੱਕਰ 'ਚ ਮੈਂ ਇੰਸਟਾਗ੍ਰਾਮ 'ਤੇ ਜ਼ਿਆਦਾ ਰੀਲਾਂ ਪਾਉਣੀਆਂ ਪੈਣੀਆਂ ਨਹੀਂ ਮੈਂ ਹੋਰ ਮੈਂ ਇੰਸਟਾਗ੍ਰਾਮ 'ਤੇ ਪੋਸਟਾਂ ਮੈਂ ਜ਼ੀਰੋ ਕਰ ਦਿੰਦਾ ਨਹੀਂ ਮੈਂ ਰੱਖਦਾ ਨਹੀਂ ਉਸ ਹੁੰਦਾ ਪਰ ਹੁਣ ਅੱਜ ਕੱਲ੍ਹ ਮੈਨੂੰ ਜ਼ਿਆਦਾ ਪਾਣੀ ਪੈ ਰਹੀ ਹੈ ਜਸਟ ਬਿਕੋਜ਼ ਆਫ ਯੂਟਿਊਬ ਚੈਨਲ ਕੀ ਕਰ ਰਹੇ ਨੇ ਚੈੱਕ ਕਰ ਰਹੇ ਕੀ ਚੈੱਕ ਕਰ ਰਹੇ ਹੈ ਜੇ ਜਿੱਦਾਂ ਤੂੰ ਡਿਊਰੇਬਿਲਿਟੀ ਅੱਛਾ ਟਾਇਰ ਨੂੰ ਲੱਤਾਂ ਮਾਰ ਕੇ ਡਿਊਰੇਬਿਲਿਟੀ ਚੈੱਕ ਕਰ ਰਹੇ ਹੈ ਦੇਖੋ ਇਹ ਬੰਦੇ ਡਿਊਰੇਬਿਲਿਟੀ ਚੈੱਕ ਕਰਨਗੇ ਜਿਹੜੇ ਸਾਪੀ ਗਿਰਨ 'ਤੇ ਕੰਮ ਉੱਠਦੇ ਨੇ ਆਹ ਦੇਖੋ ਨਿਆਣਾ ਨਿਆਣਾ ਕਰੀ ਤਾਂ ਕਹਿੰਦਾ ਡਰ ਹੁੰਦਾ ਸਰ ਕਾਹਦੀ ਇਹਨਾਂ ਦੀ ਇੱਜ਼ਤ ਹੁੰਦੀ ਤੇਰੇ ਨਿਆਣੇ ਨੇ ਤੇਰੀ ਕੀ ਇੱਜ਼ਤ ਕਰਨੀ ਉਹਨਾਂ ਤਾਂ ਕਹਿੰਦਾ ਪੂਰਾ ਕਾਸ ਨਹੀਂ ਆਉਣਾ ਹੈ ਮੈਂ ਤਾਂ ਬੇਇੱਜ਼ਤੀ ਕਰਦਾ ਜੋ ਕਰਦਾ ਨਿਆਣੇ ਚੱਲ ਲੱਗ ਕੇ ਐਟਮਾਂ ਕਰਵਾਉਂਦੇ ਨੇ ਨਿਆਣੇ ਨੇ ਹਾਂਜੀ ਮਤਲਬ ਬਾਬੇ ਬੜੀਆਂ ਗੱਲਾਂ ਬਾਤਾਂ ਹੋ ਗਈਆਂ ਰੋਬਿਨ ਅੱਗੇ ਅੱਗੇ ਦੇਖੀ ਰੰਗ ਸਾਫ਼ ਆ ਰਿਹਾ ਸਾਡਾ ਉੱਤੇ ਆ ਗਿਆ ਹਾਂ ਠੀਕ ਬੜੀਆਂ ਗੱਲਾਂ ਆਪਾਂ ਕੀਤੀਆਂ ਮੇਰੇ ਡੈਡ ਕੀ ਮਰੂਤੀ ਮੇਰੇ ਡੈਡ ਕੀ ਇੰਡੀਕਾ ਸਭ ਕੁਛ ਹੋ ਗਿਆ ਅਤੇ ਹਾਂ ਪਰ ਤੁਸੀਂ ਬ੍ਰੈਂਡ ਸਵਿੱਚ ਕੀਤਾ ਨਾ ਟਾਟਾ ਤਾਂ ਉਹ ਹਿਉਂਡਾਈ ਅਸੀਂ ਮਰੂਤੀ ਤਾਂ ਮਰੂਤੀ ਦੇ ਹੀ ਰਹੇ ਅਗਲੀ ਸਾਡੀ ਵਰਨਾ ਵੀ ਸੀ ਪਹਿਲਾਂ ਅੱਛਾ ਹਾਂ ਤੁਸੀਂ ਵਰਨਾ ਵੀ ਲਈ ਸੀ ਨਾ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਹਾਂ ਅਤੇ ਕੁੱਲ ਮਿਲਾ ਕੇ ਅੱਛਾ ਹਾਂ ਇੱਕ ਕਮੈਂਟ ਆਇਆ ਸੀਗਾ ਭਰਾ ਦਾ ਸਾਡੇ ਦਾ ਕਿ ਬੰਦ ਕਰਨੀ ਕਮੈਂਟ ਆਏਗਾ ਕਿ ਤੁਹਾਡੇ ਗੋਆ ਦਾ ਕੀ ਬਣਿਆ ਭਰਾਵਾ ਮੈਂ ਤੈਨੂੰ ਕਿਹਾ ਸੀ ਮੈਂ ਉਹਦਾ ਵੀਡੀਓ 'ਚ ਹੀ ਕਿਹਾ ਸੀਗਾ ਕਿ ਪੇਪਰ ਦੇ ਲਿਆਂਦਾ ਫਿਰ ਗੋਆ ਜਾਵਾਂਗੇ ਸ਼ਿਓਰ ਆ ਉਹ ਇਹਦੇ 'ਤੇ ਆ ਹੁਣ ਜੇ ਇਹਦੇ ਮੰਨ ਕੇ ਕਰਦੇ ਫਿਰ ਤਾਂ 110% ਆ ਇਹ ਮੇਰੇ ਮਨ ਤਾਂ ਹੈ ਨਹੀਂ ਬਹੇ ਜੇ ਨਾ ਮੰਨੇ ਫਿਰ ਇਹ ਤਾਂ ਬਗੈਰ ਚੱਲਣਾ ਚੱਕਰ ਪੈਣਾ ਵਾ ਜੇ ਇਹ ਚੱਲ ਪਿਆ ਫਿਰ ਤਾਂ ਵੀ ਠੀਕ ਆ ਨਹੀਂ ਤਾਂ ਬਾਕੀ ਆਪਾਂ ਤਾਂ ਜਾਵਾਂਗੇ ਇਹ ਹੁਣ ਇਹਦੇ ਤੇ ਆ ਕੇ ਹੁਣ ਇਹ ਬੈਠ ਕੇ ਸਾਡੀ ਸਟੋਰੀਆਂ ਦੇਖੂਗਾ ਕਿ ਨਾਲ ਉਹਦੇ ਚੱਲ ਕੇ ਸਟੋਰੀਆਂ ਬਣਾਊਗਾ ਇੱਥੇ ਫਰਕ ਪੈਂਦਾ ਵਾ ਅਤੇ ਗੋਆ ਦਾ ਇਹ ਆ ਭਰਾਵਾ ਪੇਪਰ ਤਾਂ ਦੇ ਲੈਣ ਦੋ ਪਹਿਲਾਂ ਪਤਾ ਤਾਂ ਲੱਗੇ ਗੋਆ ਜਾਣਾ ਵਾ ਕਿ ਗੋਆ ਕੂੜਾ ਕਰਨਾ ਵਾ ਸਹੀ ਪੇਪਰ ਵਧੀਆ ਨਹੀਂ ਆਪਾਂ ਗੋਆ ਦੇ ਸਹੀ ਗੱਲ ਆ ਉਹੀ ਨਾ ਪਹਿਲਾਂ ਉਹੀ ਕਹਿੰਦਾ ਕਿ ਪਹਿਲਾਂ ਪੇਪਰ ਦੇ ਲੈਣ ਦੋ ਫਿਰ ਪਤਾ ਲੱਗੂਗਾ ਗੋਆ ਜਾਣਾ ਕਿ ਗੋਆ ਕੂੜਾ ਕਰਨਾ ਉਹ ਚੱਕਰ ਆ ਸਾਰਾ ਬਾਕੀ ਹੋਰ ਕੋਈ ਚੱਕਰ ਨਹੀਂ ਆਪਾਂ ਬਣਾਵਾਂਗੇ ਪਲੈਨ ਹੁਣ ਦੇਖੋ ਜੇ ਛੁੱਟੀਆਂ ਸਾਨੂੰ ਮਿਲੀਆਂ ਮਹੀਨੇ ਕੁ ਦੀਆਂ ਫਿਰ ਤਾਂ ਆਪਾਂ ਕਾਫੀ ਕੁਝ ਐਕਸਪਲੋਰ ਕਰਾਂਗੇ ਆਪਾਂ ਕਾਫੀ ਥਾਵਾਂ 'ਤੇ ਜਾਵਾਂਗੇ ਆਪਾਂ ਕਾਫੀ ਕੁਝ ਸੋਚ ਕੇ ਰੱਖਿਆ ਹੋਇਆ ਜਿੱਥੇ ਆਪਾਂ ਜਾਣਾ ਹਾਂ ਬਜਟ ਥੋੜ੍ਹਾ ਜ਼ਿਆਦਾ ਲੱਗਣਾ ਗੋਆ ਦੇ ਵਿੱਚ ਕਾਫੀ ਜ਼ਿਆਦਾ ਲੱਗਣਾ ਕਿਉਂਕਿ ਜਿੰਨੇ ਵੀ ਯੂਟਿਊਬਰ ਆ ਜਿਹੜੇ ਵੀ ਗਏ ਹੋਏ ਆ ਗੋਆ ਸਾਰਿਆਂ ਨੂੰ ਪਤਾ ਹੀ ਆ ਕਿ ਗੋਆ ਦੇ ਵਿੱਚ ਕਾਫੀ ਜ਼ਿਆਦਾ ਪੈਸਾ ਲੱਗਦਾ ਵਾ ਅਤੇ ਅੰਮ੍ਰਿਤਸਰ ਸਾਡਾ 4-5 ਹਜ਼ਾਰ ਦਾ ਬਜਟ ਸੀਗਾ ਸਾਰਾ 4-5 ਹਜ਼ਾਰ ਰੁਪਏ ਦੇ ਵਿੱਚ ਸਾਡਾ ਸਾਰਾ ਬਜਟ ਹੋ ਗਿਆ ਸੀਗਾ 2 ਦਿਨ ਆਪਾਂ ਰੂਮ ਦਾ ਤੇਲ ਦਾ ਖਾਣ ਪੀਣ ਦਾ
ਪੈਸੇ ਤਾਂ ਲੱਗੇ ਹੀ ਆ, ਤੇਲ ਦਾ ਅੰਕਲ ਨੇ ਦਿੱਤਾ ਸੀਗਾ ਸਾਰਾ, ਠੀਕ ਆ। ਸਾਡੀ ਗੱਲ ਵੀ ਹੋਈ, ਅੰਕਲ ਨੇ ਕਹਿੰਦੀ ਮੈਨੂੰ ਲੈਣੇ ਨਹੀਂ ਹੈਗੇ, ਅੰਕਲ ਨੇ ਕਹਿੰਦੀ ਮੈਂ ਤੁਹਾਨੂੰ ਨਾ ਲੈ ਕੇ ਚੱਲਣਾ, ਉਹ ਤਾਂ ਫਿਰ ਚੱਲ ਅੰਕਲ ਨੂੰ ਆਪਾਂ ਕਿਹਾ ਵੀ ਸੀਗਾ। ਬਾਕੀ ਰੂਮ ਦਾ ਅਤੇ ਓਵਰਆਲ ਸਾਰਾ ਦੱਸ ਰਿਹਾ ਨਾ ਖਰਚਾ, ਓਵਰਆਲ ਸਾਰਾ ਤੇਲ ਦਾ, ਰੂਮ ਦਾ, ਖਾਣ ਪੀਣ ਦਾ, ਜੋ ਵੀ ਉੱਥੇ ਸੀਗਾ ਸਾਰਾ ਕੁਛ ਆਰਾਮ ਲਾ ਕੇ 4.5-5 ਹਜ਼ਾਰ ਦਾ ਸਾਡਾ ਸੀਗਾ ਉਹ ਬਜਟ। ਉਹ ਤਾਂ ਚਲੋ ਕੋਈ ਜ਼ਿਆਦਾ ਨਹੀਂ ਸੀਗਾ, 5 ਬੰਦੇ ਸੀਗੇ ਆਪਾਂ, ਅਤੇ ਉਹਦੇ ਵਿੱਚੋਂ ਦੇਖ ਲਓ ਕੋਈ ਜ਼ਿਆਦਾ ਨਹੀਂ ਹੈਗਾ ਖਰਚਾ। ਕਮਰੇ ਦਾ ਵੀ ਕੋਈ ਬਹੁਤਾ ਮਹਿੰਗਾ ਨਹੀਂ ਸੀਗਾ, ਅਤੇ ਸਭ ਤੋਂ ਜ਼ਿਆਦਾ ਖਰਚਾ ਅੰਕਲ ਨੇ ਕੀਤਾ ਸੀਗਾ, ਤੇਲ ਦਾ ਵੀ, ਨਾਸ਼ਤੇ ਦਾ ਵੀ, ਬਾਕੀ ਹੋਰ ਵੀ। ਫਿਰ ਉਹ ਚੱਕਰ ਆ ਕਿ ਸਾਰਾ ਮਤਲਬ ਸਾਡਾ 4.5-5 ਹਜ਼ਾਰ ਸਾਰਾ ਦਾ ਸਾਰਾ ਸਾਡਾ ਡਨ ਹੋ ਗਿਆ ਸੀ ਸਾਰਾ। ਕਈ ਤਾਂ ਦੇਖੋ ਯਾਰ ਪਲੈਨ ਨਾਲ ਥੋੜ੍ਹਾ ਚੱਲਣਾ ਪੈਂਦਾ, ਦੇਖੋ ਚੱਲ ਯਾਰ ਕਿਉਂ ਬੋਲਣਾ ਉਹ ਯਾਰ। ਇੱਕ ਹੀ ਆਪਾਂ ਬਜਟ ਪਤਾ ਕੀ ਹਿਸਾਬ ਨਾਲ ਲੈ ਕੇ ਜਾਵਾਂਗੇ ਕਿ ਦੇਖੋ ਇੰਨਾ ਸਾਰੇ ਨੇ, ਨਹੀਂ ਨਹੀਂ ਪਤਾ ਗੱਲ ਕੀ ਆ, ਪਿਛਲੀ ਵਾਰ ਕੀ ਹੋਇਆ ਸੀਗਾ, ਪਿਛਲੀ ਵਾਰ ਆਹ ਹੋਇਆ ਕਿ ਇਹਨੇ ਸਾਰਿਆਂ ਨੇ ਪੈਸੇ ਫਿਕਸ ਆਪਾਂ ਕੀਤੇ ਸੀਗੇ, ਪਹਿਲਾਂ ਸੋਚ ਕੇ ਲਿਆ ਮਿਨੀਮਮ ਇਹਨੇ ਲੈ ਆਇਓ ਤੇ ਮੈਕਸੀਮਮ ਕੋਈ ਨੀ, ਮੈਕਸੀਮਮ ਜਿੰਨੇ ਮਰਜ਼ੀ, ਹਾਂ। ਤੇ ਉਹ ਚੱਕਰ ਸੀਗਾ, ਅਤੇ ਫਿਰ ਪਿਛਲੀ ਵਾਰ ਆਹ ਚੱਕਰ ਪੈ ਗਿਆ ਸੀ, ਅਤੇ ਜਿਹਦੇ ਕਰਕੇ ਸਾਰਾ ਪੰਗਾ ਹੋਇਆ ਕਿ ਤੂੰ ਘੱਟ ਲਏ, ਤੂੰ ਵੱਧ ਲਏ, ਤੂੰ ਘੱਟ ਲਏ, ਤੂੰ ਵੱਧ ਲਏ। ਪਹਿਲੇ ਦਿਨ ਤਾਂ ਸਾਰਾ ਬੜੇ ਘੈਂਟ ਤਰੀਕੇ ਨਾਲ ਹੋਇਆ, ਅਗਲੇ ਦਿਨ ਇੱਕ ਬੰਦਾ ਪਿੱਟ ਸਿਆਪਾ ਪਾ ਕੇ ਬਹਿ ਗਿਆ, ਫੋਟੋ ਵੀ ਖਿਚਾਉਣੀ ਆ, ਚੱਲ ਮੈਂ ਨਾ ਕਰਤੀ, ਚੱਲ ਉਹ ਮਨਾ ਜਿਹੜਾ ਮੈਂ ਨਾ ਲੈ ਦਿੰਦਾ। ਰਿਧਮ ਚੁੱਪ ਰਿਹਾ, ਰਿਧਮ ਨੂੰ ਕੋਈ ਟੈਨਸ਼ਨ ਨਹੀਂ ਸੀਗੀ, ਰਿਧਮ ਕਹਿੰਦਾ ਓਕੇ ਚਲੋ ਕੋਈ ਪ੍ਰੋਬਲਮ ਨਹੀਂ, ਜਿਹੜੀ ਹੈਗੀ ਆ ਹੁਣ ਜਿਹੜੀ ਸਿਚੁਏਸ਼ਨ ਹੈ ਉਹਨੂੰ ਅਡੈਪਟ ਕਰੋ ਤੁਸੀਂ, ਕਿਉਂ ਐਵੇਂ। ਅੱਛਾ ਅਤੇ ਉਹਦਾ ਕੀ ਸਿਸਟਮ ਆ, ਉਹ ਦੂਜਾ ਉਹਨੇ ਫਿਰ ਉਹ ਗੱਲ ਪੈ ਗਿਆ, ਫੋਟੋ ਵੀ ਕਰਾਉਣੀ ਆ ਅਤੇ ਨਰਸ ਦੇ ਪੈਸੇ ਵੀ ਤੂੰ ਦੇਗਾ। ਮੈਂ ਸਾਰੇ ਮੈਂ ਜਿੰਨੇ ਸਾਰਿਆਂ ਦੇ ਖਰਚੇ ਮੈਂ ਉਹਨੇ ਖਰਚ ਚੁੱਕਿਆ, ਤਾਂ ਮੈਂ ਇਕੱਲੇ ਕਿਉਂ ਕਰਾਇਆ, ਤਾਂ ਅੱਧ ਪਾ ਲਓ, ਜਾਂ ਅੱਧੇ ਤੂੰ ਦੇ, ਅੱਧੇ ਮੈਂ ਦੇ ਦੇਣਾ। ਰਿਧਮ ਨੂੰ ਤਾਂ ਵਿਚਾਰੇ ਨੂੰ ਪਹਿਲੇ ਦਿਨ ਹੀ ਲੁੱਟ ਕੇ ਖਾ ਗਿਆ ਸੀ, ਅਤੇ ਜਾਂ ਰੋਬਿਨ ਦਾ ਵੀ ਖਾਲੀ ਹੋ ਗਿਆ। ਪਿਛਲੀ ਰਾਹ ਚੱਕਰ ਪਿਆ, ਇਤਕੀ ਅਗਰ ਜਾਵਾਂਗੇ, ਇਤਕੀ ਆਪਾਂ ਕਵਾਂਗੇ ਐਡਾ ਬਜਟ ਆ, ਮੰਨ ਲਓ ਐਗਜ਼ਾਮਪਲ, ਫੋਰ ਐਗਜ਼ਾਮਪਲ 1500 ਹਰ ਬੰਦੇ ਨੇ ਰੱਖਣਾ ਵਾ, ਉਹ ਖਰਚਣਾ ਹੈ, ਠੀਕ ਹੈ ਨਾ। 1500 ਜਾਂ ਮੰਨ ਲਓ 4 ਬੰਦੇ ਜਾਂਦੇ ਆ, ਤਾਂ 6000 ਬਣਦਾ ਵਾ, 6000 ਦੇ ਮੈਂ ਐਗਜ਼ਾਮਪਲ ਦੇ ਰਿਹਾ, ਲੇਕਿਨ 1500 ਰੁਪਏ 'ਚ ਗੋਆ ਨਹੀਂ ਘੁੰਮਿਆ ਜਾਂਦਾ, ਤੁਹਾਨੂੰ ਦੱਸ ਦਵਾਂ ਮੈਂ। ਤੁਸੀਂ ਐਵੇਂ ਸੋਚੋਗੇ ਐਵੇਂ, ਭਰਾਵਾ ਮੈਂ ਐਗਜ਼ਾਮਪਲ ਦੇ ਰਿਹਾ, ਹੁਣ ਕਹਾਂਗੇ 40000 ਨੂੰ 40000 ਤੁਹਾਡੇ ਵੀ ਪਤਲੇ ਨਹੀਂ ਬਣੀਆਂ, ਤੁਸੀਂ ਵੀ 10-15 ਰੁਪਈਏ ਵਾਲੇ ਹੀ ਹੋ, ਅਤੇ ਬੇਇੱਜ਼ਤੀ ਕਾਹਦੇ ਕਰ ਰਹੇ ਹੋ, ਲੋਕ ਤਾਂ ਬੰਦ ਕਰ ਦਿੰਦੇ ਉਹਨਾਂ ਨੇ। ਕੋਈ ਗੱਲ ਨਹੀਂ, ਬੜੇ ਇੱਧਰ 40-50 ਹਜ਼ਾਰ ਵਿਊ ਆਉਂਦਾ ਨਾ ਦਿਨ ਦਾ, ਜਿਹੜਾ ਸੋਰੀ 40-50 ਕਹਿ ਰਹੇ ਹਾਂ, 40-50 ਮਿਲੀਅਨ ਆਉਂਦਾ ਨਾ ਵਿਊ ਦਿਨ ਦਾ, ਜਿਹੜਾ ਬੰਦ ਕਰ ਦੇਣਗੇ ਦੇਖਣਾ, ਕਰ ਦਿੰਦਾ ਕੋਈ ਗੱਲ ਨਹੀਂ। ਬਾਕੀ ਮਤਲਬ ਉਹੀ ਕਹਿ ਰਹੇ ਹਾਂ ਕਿ ਮਤਲਬ ਐਗਜ਼ਾਮਪਲ ਦੇਣਾ, 1500 ਰੁਪਇਆ ਪਰ ਹੈੱਡ ਮੰਨ ਲਓ ਸਾਰਿਆਂ ਰੱਖਣਾ ਵਾ, ਜਿਹੜਾ ਫਿਕਸ ਆ 4 ਬੰਦੇ ਮੰਨ ਲਓ, ਰਾਊਂਡ ਫਿਗਰ ਹੋ ਜਾਊਗੀ। ਸੁਣਨਾ ਮੇਰੀ ਗੱਲ, ਤਾਂ 15000 ਹੋ ਗਿਆ, 1500 ਰੁਪਇਆ 4 ਬੰਦਿਆਂ ਦਾ 6000 ਰੁਪਈਆ ਹੋ ਗਿਆ, 6000 ਰੱਖਣਾ ਵਾ ਸਾਰਾ, ਜਿੰਨਾ ਵੀ ਖਰਚ ਹੋਊਗਾ। ਜੇ ਕਿਸੇ ਨੇ ਉੱਥੋਂ ਸਮਾਨ ਲੈਣਾ ਵਾ, ਕੁਛ ਲੈਣਾ ਵਾ, ਉਹਦੇ ਲਹਿਦਾ ਪੈਸੇ ਰੱਖੋ, ਉਹ 1500 ਰੁਪਏ 'ਚ ਨਹੀਂ ਕੱਟਿਆ ਜਾਊਗਾ, ਇਹ ਗੱਲ ਖਤਮ ਹੋ ਗਈ ਸਾਰੀ। 6000 ਹੈਗਾ ਵਾ, 6000 ਸਾਡਾ ਟੋਟਲ ਬਜਟ ਆ, ਉਹਦੇ ਜਿੰਨਾ ਖਰਚ ਹੋ ਗਿਆ ਇਹ ਨਹੀਂ ਹਿਸਾਬ ਰੱਖਣਾ ਕਿਹਨੇ ਕਿੰਨਾ ਕੀਤਾ। ਜਿੰਨਾ ਐਂਡ ਆਫ ਦ ਡੇ ਮੰਨ ਲਓ 2000 ਬਚ ਗਿਆ, ਅਤੇ 500 ਸਾਰਿਆਂ ਨੂੰ ਮਿਲ ਜੂਗਾ, ਇਹ ਰੱਖਾਂਗੇ ਇਸ ਚੀਜ਼ ਕਿ ਜਿੰਨਾ ਬਚਦਾ। ਇੱਕ ਵਾਰ ਜਦੋਂ ਆਪਾਂ ਗਏ ਸੀਗੇ, ਤੂੰ ਗਿਆ ਸੀਗਾ ਨਾਲ, ਜਦੋਂ ਅਰਬਨ ਬਰੂ ਵਗੈਰਾ ਗਏ ਸੀਗੇ, ਜਦੋਂ ਜੈ ਵੀ ਆਇਆ ਸੀਗਾ, ਸਾਰੇ ਆਏ ਸੀਗੇ, ਰਿਧਮ ਨਹੀਂ ਆਇਆ ਸੀ ਉਦੋਂ, ਜਦੋਂ ਆਪਾਂ ਉੱਥੇ ਬਸੰਤ ਵੀ ਗਏ ਸੀਗੇ ਆਈਸਕ੍ਰੀਮ ਖਾਣ, ਹਾਂ ਉਦੋਂ ਆਪਾਂ ਇਹ ਕੀਤਾ ਸੀਗਾ, ਜਿੰਨੇ ਬਚੇ ਸਾਰਿਆਂ 'ਚ ਡਿਵਾਈਡ ਕਰਦੇ ਸੀ ਆਪਾਂ, ਪੁਰਾਣੀ ਗੱਲਾਂ ਨੇ ਯਾਰ, 2-2.5 ਸਾਲ ਹੋ ਗਿਆ ਲੋਕਡਾਊਨ ਤੋਂ ਪਹਿਲਾਂ ਦੀ ਗੱਲਾਂ ਨੇ, ਉਹ ਵੀ ਕਾਫੀ ਟਾਈਮ ਹੋ ਗਿਆ, ਉਹਨੂੰ ਵੀ 7-8 ਵਜੇ ਦੀ ਗੱਲ ਆ, ਪਾਪਾ ਛੱਡਣ ਆਇਆ ਸੀਗਾ, ਤੇ ਉਦੋਂ ਕੀ ਹੋਇਆ ਕਿ ਭਰਾਵਾ ਬੜੇ ਚੱਕਰ ਪਏ ਸੀ ਉਦੋਂ ਵੀ। ਮਤਲਬ ਇਹ ਸਿਸਟਮ ਜ਼ਿਆਦਾ ਵਧੀਆ ਰਹਿੰਦਾ, ਦੇਖੋ ਯਾਰ 6000 ਲੈ ਕੇ ਜਾਓ, ਐਗਜ਼ਾਮਪਲ ਫੋਰ ਐਗਜ਼ਾਮਪਲ ਕਹਿ ਰਿਹਾ, ਲੈ ਕੇ ਜਾਓ ਫਿਕਸ, ਜਿਹਨੇ ਕੋਈ ਰੋਣਾ ਨਹੀਂ ਮਚਾਉਣਾ ਉਹਦੇ ਵਿੱਚ ਕਿ ਭਰਾਵਾ 1500 ਰੁਪਇਆ ਮੈਂ ਲੈ ਕੇ ਆਇਆ ਵਾ, ਅਤੇ ਇਹਦੇ ਵਿੱਚ ਆਪਾਂ ਖਾਵਾਂਗੇ, ਪੀਵਾਂਗੇ, ਰੈਂਟ ਵੀ ਦੇਵਾਂਗੇ, ਅਤੇ ਸਾਰਾ ਕੁਝ ਕਰਾਂਗੇ, ਅਤੇ ਨਾਲੇ
चलो जो भी है मेरा वो जी वो फलाना दोस्त है मेरा दूर का दोस्त है मेरा नेड़े का दोस्त है मेरा कजन है उन्होंने समान लेना इन समान लेना 1500 रुपये जो मैं समान लूंगा वो चीज़ उत्थे काम हो खराब साढ़ा पिछली बार उत्थे होगा तो एक होर अनोन आ गया है वो करके चलो थोड़ा खराब हो गया तो सो अपने बंद की गलती सी जरा जाड़ा व्डा दानवीर कर बन गया से इन्हों तो चल इन्हू भी पूछा ही इन्हें ना करती कह नहीं जी साढ़े को आप पूरे है वो प्रधान है साढ़ा दूजा एक होर का कि प्रधान हूँ मैं की दसा हूँ उस तो बाद बस फिर इन्ना साडा पहले दिन तो बहुत देखो घेंट राती 4 बजे आप सुते मिथ के सुते ही मैं उन्होंने तो मोक मारती कि साढ़े पैर खलियाँ पै गई है क्रैम्प्स आ गए हैं हमारे पैरों में मैंने तो मैं आप सवेरे चलोंगे अच्छा उदो ठंड दे सी दिन तो आप ना मतलब बालकनी च गए कमरा खोल उ जाके पै जाने अपना फ्यूचर नहीं है गल साढ़े 12 बजे गए आप चक्कर नाश्ते का मेरे मतलब मैं भी चल मैं पैसे देखो लग गया ज्यादा सब सारे नालों ज्यादा पैसे मैं रखे हुए मैं तो एटीएम ले बैंक लेके गया अंकल ते अपने पापा लेके गया हैगा नहीं नहीं सारे नालों ज्यादा पैसे मैं रखे हुए थे तो की होया मैं ना पर्स ही ले गया थी अपना तो की हो गया अच्छा उन ओदा हो गया उन मतलब उना दिमाग च आ गया कि भाई सारे दे आ गया ना कर भरावा एडे दादा दे नोट देखे नहीं है मैं कहीं तेरे पर्स हुंदे है ते ओ तो उना दिमाग च आ गया कि भाई एदे कोल हैगी है ते इतों कटा लो ओदे दिमाग च आ गई सी चीज बस मैं क्या जिन्हें खर्चे मैं यूनीवर्सल खर्चे आ बस उस तो बाद जे तू करना सांझे च कर लें ये तो खाली हो चुकिया ही तो मैं इनू मना करता मैं सॉफ्टी भी निकल गए सारे ये तो समझ ही लगे गए कितने भरावा चार कुवार इन आइसक्रीमा खोईया एक बार तंदूरी मोमोज इन्हें खुवाते 100 रुपये के उस तो बाद पैसे दिखे नहीं कहना मैं लैके गया 900 रुपया पता नहीं गया कितने सारा तो बस सुट आया होना कितने इधर उधर नहीं यार पैसे हाँ यार देख आप तेन नहीं परवाह मैं की करा तो ठीक है किन्ने 380 180 जोड़ 200 जोड़ ला चल तू 580 आ कितने गया बाकी तो मैं यदि होर की खाता उ और चल तू पैक बुक ले सीगे हां पैक ले ही गए पैकेट ते अपना कोक 100 रुपया लगा ही ओदा भी 680 रुपया 120 नहीं 600 रुपया लगा ही पूरा ते बाद च भी पैकेट हां दो ले आई गए ते कितना जोड़ लगा 800 रुपया आ तो फिर चल 100 रुपया नु कोल बोलदा मैं ठीक है कड़ा कुड़ा लिया तू हां पैसे हो गए पूरे पैसे पूरे कड़ा कह रहे हैं अंगूठी ले ओ लिया सारा कुछ कड़े ओ तो पापा ने तेरी अंगूठी हूँ तू बचता पिया फिर तू फिर बोल के चल 100 रुपये में कौन पुछता है ठीक है ये मतलब सारे लोग तो मेरे पिछे पै गया भी तू खट मैं मैं नहीं अच्छा तो फिर चल मैं आखिर च मन गया क्योंकि भुख लग रही थी मैं क्या लंगर छक लो भरावा सीधी साफ गल मूँह बन गए लंगर क्यों छकी लंगर क्यों छकी जो तेको है पैसे मैं भरावा नहीं तो बाद माहौल दिमाग सारा दिमाग सारा ना खराब हो गया क्योंकि देखो यार पहला दिन इन्ना घेंट जाए दूजा दिन की शुरुआत ही तो शुरुआत तो घेंट सी कमरे तैयार होकर निकले पार्किंग से जाते ही मनहूस हो गया दिन शुरू तो थे चढ़ी रही फिर की होया अच्छा जब मैं कह गया मन गया मैं चल यार करो हूँ बहार आया लड़ना नहीं है करो मैं चल कोई गल नहीं जिदा नर्से दे अच्छा जब तेन पता वा कि मैं ओवर हो चुकया वा मेरा जिन्ना मैं देना सीगा तो काफ़ी ओवर हो चुका मेरा बजट ता भी 50 रुपये का उत्थे एक नान है ही भी है ना चलता भी पाया ना 50 मिनट 50 रुपये का उत्थे एक नान है 50 रुपये का एक नान ठीक है इतने 60 रुपये के दो मिलते सब्जी अनलिमिटेड तो मतलब ओके इतने मतलब उत्थे फिर अच्छा जो मैं कहीं भी जाना कि हाँ हो गया मैं सोचा 5 बंदे तो हैगा वा 250 रुपया हो गया तो फिर उस बाद अपना चाह चू पीनी चलो 300 रुपये हो जूगा तो ये सोच के मैं अच्छा अंकल ने पूछा नान
ਸਭ ਤੋਂ ਪਹਿਲਾਂ ਉਹਨੇ ਹਾਂ ਕੀਤੀ। ਮੈਂ ਕਿਹਾ ਜਦ ਤੈਨੂੰ ਪਤਾ ਵਾ ਹੁਣ ਡਬਲ ਲੱਗਣੇ ਸੀ ਮੇਰੇ, ਮੈਂ ਵੀ ਇੰਨਾ ਐਕਸੀਡ ਤਾਂ ਨਹੀਂ ਸੀ ਮੈਂ ਕਰ ਸਕਦਾ ਹੁਣ ਉੱਥੇ, ਮੈਂ ਲੜ ਵੀ ਨਹੀਂ ਸਕਦਾ ਸੀਗਾ ਅੰਕਲ ਦੇ ਮੂਹਰੇ ਕਿ ਤੂੰ ਕਿਉਂ, ਤੈਨੂੰ ਇੰਨਾ ਸਬਰ ਨਹੀਂ ਹੈਗਾ, ਘਰ ਜਾਣਾ, ਘਰ ਜਾ ਕੇ ਖਾ ਲਈ ਆ, ਥੋੜ੍ਹਾ ਕੰਟਰੋਲ ਕਰ ਲਾ, ਕੁਛ ਹੋਰ ਖਾ ਲਾ, ਮੈਂ ਲੜ ਨਹੀਂ ਸਕਦਾ। ਮੈਂ ਕਿਹਾ ਚਲੋ ਹੁਣ ਜੋ ਗੱਲ ਪੈ ਗਿਆ, ਮੈਂ ਖਾਧੇ ਬੜੀ ਮੁਸ਼ਕਿਲ ਨਾਲ ਉਹ ਸਾਰੇ ਮੰਗਾਈ ਜਾਣ, ਇਹਨੂੰ ਉਹਨੂੰ ਪੁੱਛਿਆ ਹਾਂਜੀ, ਦੀਦਾ ਨੂੰ ਪੁੱਛਿਆ ਹਾਂਜੀ, ਇਹਨੂੰ ਪੁੱਛਿਆ, ਮੈਂ ਵੀ ਖਾ ਲੂੰਗਾ, ਅਤੇ ਅੰਕਲ ਨੇ ਤਾਂ ਖਾਣਾ ਹੀ ਸੀ। ਮੈਂ ਕਿਹਾ ਚੱਲ ਨੂੰ ਸਾਰਿਆਂ ਦੇਣੇ ਆ, ਮੈਂ ਵੀ ਖਾ ਲੈਂਦਾ। ਅਤੇ ਰਾਤ ਨੂੰ ਸਵੇਰੇ ਸਵੇਰੇ ਨਾਸ਼ਤੇ ਦੇ, ਫਿਰ ਕੀ ਚੱਕਰ ਪਿਆ, ਫਿਰ ਮੈਂ ਉਦੋਂ ਮੈਂ ਤੇਰੀ ਸ਼ਕਲ ਦੇਖ ਕੇ ਲਾ ਲਿਆ ਸੀ ਸਾਹ ਸੋਚ ਯਾਰ, ਉਹ ਤਾਂ ਆਪ ਸੋਚ ਜਿਹਦਾ ਮੇਰਾ ਪੂਰਾ ਬਜਟ ਐਕਸੀਡ ਹੋ ਚੁੱਕਿਆ, 300 ਰੁਪਿਆ 300 ਲੱਗਣਾ ਹੋਵੇ ਤੇ 600 ਲੱਗਦਾ ਹੋਵੇ, ਉੱਥੇ 300 ਵੀ ਨਜਾਇਜ਼ ਲੱਗਦਾ ਹੋਵੇ ਤਾਂ ਵੀ 600 ਦੇ, ਯਾਰ ਮੇਰਾ ਮੂੰਹ ਤਾਂ ਬਣਨਾ ਹੀ ਸੀ ਯਾਰ। ਦੇਖ ਸਿੱਧੀ ਸਾਫ ਗੱਲ ਆ, ਜਦੋਂ ਉਹਨੂੰ ਪਤਾ ਸੀਗਾ ਬੰਦੇ ਨੂੰ ਕਿ ਨਹੀਂ ਹੁਣ ਓਵਰ ਹੋ ਰਿਹਾ ਵਾ ਤਾਂ ਤੂੰ ਖੜ ਜਾ ਥੋੜ੍ਹੀ ਦੇਰ, ਤੂੰ ਜ਼ਰੂਰ ਉੱਥੇ ਮਤਲਬ ਸਾਰਾ ਖਾਧਾ ਪੀਤਾ ਕੱਢ ਕੇ ਜਾਣਾ ਵਾ, ਲੁਧਿਆਣੇ ਨਹੀਂ ਲੈ ਕੇ ਜਾਣਾ ਤੂੰ ਜ਼ਰੂਰ ਆ ਕੁਛ, ਅਤੇ ਬਾਅਦ ਸਭ ਤੋਂ ਟੋਇਲਟ ਵੀ ਭੱਜਿਆ ਸੀਗਾ, ਜੋ ਵੀ ਮਤਲਬ ਗੱਲ ਹੈਗੀ ਆ, ਫਿਰ ਤੂੰ ਦੇਖ ਲਾ ਥੋੜ੍ਹਾ ਸਿਚੁਏਸ਼ਨ ਦੇ ਹਿਸਾਬ ਨਾਲ ਦੇਖ ਲਾ। ਮੈਂ ਕਿਹਾ ਚਲੋ ਫਿਰ ਹੁਣ ਹੋਣ ਨਾ ਹਾਲਾਤ ਤਾਂ ਹੋਣ ਤੋਂ ਹੁਣ, ਭਾਂਡੇ ਕੀ ਫਿਰ ਪੈਸੇ ਦੇਣੇ ਸੀਗੇ ਅੰਕਲ ਨੂੰ, ਥੋੜ੍ਹੀ ਮੈਂ ਕਹਿਣਾ ਸੀਗਾ। ਫਿਰ ਅੰਕਲ ਉੱਠ ਕੇ ਪੈਸੇ ਦੇਣ ਲੱਗ ਗਏ, ਫਿਰ ਮਨਾ ਕਰਾਂ, ਮੈਂ ਕਿਹਾ ਅੰਕਲ ਜੀ ਰਹਿਣ ਦਿਓ, ਅੰਕਲ ਜੀ ਰਹਿਣ ਦਿਓ, ਮੈਂ ਦਿੰਦਾ ਚਾਹ ਚੂਹ ਪੀ ਕੇ, ਸਾਨੂੰ ਸਾਡਾ 5-20 ਰੁਪਏ ਦੀ ਚਾਹ ਸੀਗੀ ਅਤੇ ਉੱਥੇ ਹੋ ਗਿਆ ਜੀ ਆਪਣਾ 600 ਰੁਪਇਆ ਬਣ ਗਿਆ ਜੀ ਸਾਰਾ। ਮੈਂ ਕਹਿੰਦਾ ਜੀ ਰਹਿਣ ਦਿਓ, ਮੈਂ ਦਿੰਦਾ ਦਿੰਦਾ ਦਿੰਦਾ, ਅੰਕਲ ਜੀ ਨਹੀਂ ਮੈਂ ਦਿੰਦਾ ਪੁੱਤ, ਮੈਂ ਦਿੰਦਾ ਪੁੱਤ, ਮੈਂ ਬੜੀ ਕੀਤੀ ਅੰਕਲ ਨੂੰ, ਅੰਕਲ ਮੰਨੇ ਨਹੀਂ, ਉਹ ਮੈਨੂੰ ਧੱਕੇ ਦੇਈ ਜਾਵੇ, ਜਾ ਦੇ ਜਾ ਦੇ ਜਾ ਦੇ, ਮੈਂ ਕਿਹਾ ਜਾਏ ਤਾਂ ਰਿਹਾ, ਅੰਨਾ ਹੋਇਆ ਦੇਦਾ ਵੀ ਤੈਨੂੰ, ਮੈਂ ਕਿਹਾ ਕੀ ਕਹੀਏ ਨਾ ਅੰਕਲ ਨੂੰ, ਮੈਂ ਅੰਕਲ ਜੀ ਨੂੰ ਦੇ ਦਿੱਤੇ ਪੈਸੇ, ਫਿਰ ਮੇਰੇ ਵੱਲ ਹੈ ਘੁਰੀ ਜਾਵੇ। ਮੈਂ ਕਿਹਾ ਜਾ, ਤੈਨੂੰ ਜ਼ਿਆਦਾ ਅੱਗ ਲੱਗੀ, ਜਾ ਦੇ ਦੇ, ਦੇਖ ਲੈ ਲੈਂਦੇ ਆ ਤਾਂ ਮੇਰੇ ਤੋਂ ਤੂੰ ਲੈ ਲਈ, ਮੈਂ ਫਿਰ ਦਿੰਦਾ ਤੈਨੂੰ, ਮੈਂ ਚੁੱਪ ਹੋ ਗਿਆ। ਮੈਂ ਭਰਾਵਾ ਇਹ ਗੱਲ ਗਲਤ ਹੈ, ਮੈਂ ਫਿਰ ਅੰਕਲ ਜੀ ਨੂੰ ਬੋਲਿਆ, ਮੈਂ ਕਹਿੰਦਾ ਲੈ ਲਓ ਅੰਕਲ ਜੀ, ਨਹੀਂ ਕੋਈ ਗੱਲ ਨੀ ਪੁੱਤ, ਕੋਈ ਗੱਲ ਨੀ। ਫਿਰ ਇਹ ਚੱਕਰ ਹੋਇਆ, ਫਿਰ ਉਸ ਤੋਂ ਬਾਅਦ ਮੈਨੂੰ ਹੋਇਆ ਥੋੜ੍ਹਾ, ਮੈਂ ਕਿਹਾ ਚੱਲ ਥੋੜ੍ਹਾ ਠੀਕ ਆ, ਮੈਨੂੰ ਬੁਰਾ ਵੀ ਲੱਗਿਆ, ਮੈਂ ਕਿਹਾ ਅੰਕਲ ਨੂੰ ਤੇਲ ਦੇ, ਅੰਕਲ ਤੇਲ ਦੇ ਵੀ ਨਹੀਂ ਲੈ ਰਹੇ ਹੈਗੇ, ਅੰਕਲ ਜੀ ਨੇ ਨਾਸ਼ਤੇ ਦੇ ਵੀ ਨਹੀਂ ਲਏ, ਉਹ ਚੀਜ਼ ਮੈਨੂੰ ਥੋੜ੍ਹੀ ਖਲ ਵੀ ਰਹੀ ਸੀਗੀ। ਫਿਰ ਇਹ ਚੱਕਰ ਹੋਇਆ, ਫਿਰ ਸਾਰਾ ਓਕੇ ਹੋ ਗਿਆ ਸਾਰਾ, ਮਤਲਬ ਨਾਸ਼ਤੇ ਤੋਂ ਬਾਅਦ ਸਾਰਾ ਕੰਮ ਠੀਕ ਠਾਕ ਹੋ ਗਿਆ ਸੀ, ਮੂਡ ਠੀਕ ਹੋ ਗਿਆ ਸੀ ਸਾਰਿਆਂ ਦੇ। ਉਸ ਤੋਂ ਪਹਿਲਾਂ ਤਾਂ ਭਰਾਵਾ ਕਲੇਸ਼ ਹੀ ਚੱਲਿਆ 1-1.5 ਘੰਟਾ ਦਾ, ਉਹ ਬਾਅਦ ਉਹ ਤੋਂ ਮੂਡ ਖਰਾਬ ਹੋ ਗਿਆ, ਫਿਰ ਸਾਰਾ ਦਿਨ ਮੂਡ ਜ਼ਿਆਦਾ ਨਹੀਂ ਸੈੱਟ ਹੋਇਆ। ਪਰ ਪਹਿਲਾ ਦਿਨ ਨਜ਼ਾਰੇਦਾਰ ਗਿਆ, ਨਜ਼ਾਰੇਦਾਰ। ਦੂਜਾ ਦਿਨ ਤਾਂ ਚਲੋ ਸਾਡਾ ਜ਼ਿਆਦਾ ਵੱਡਾ ਸੀਗਾ ਹੀ ਨਹੀਂ, 10 ਵਜੇ ਸੌ ਕੇ ਉੱਠੇ, ਉੱਠੇ ਤਾਂ ਫਿਰ ਪੂਰੀ ਰਾਤ ਭਰਾਵਾ ਐਡੀ ਖੱਪ। ਉਹ ਵਲੌਗ 'ਚ ਨਹੀਂ ਹੈਗਾ, ਵਲੌਗਸ ਕੀ ਮਤਲਬ, ਵਲੌਗ ਦੇ ਵਿੱਚ ਤਾਂ ਚਲੋ ਇੰਨਾ ਨਹੀਂ ਦਿਖਾ ਹੋਇਆ, ਲੇਕਿਨ ਜਿੰਨਾ ਆਪਾਂ ਮਤਲਬ ਇੰਜੋਏ ਕੀਤਾ ਨਾ, ਸੈੱਟ ਸੀਗਾ। 3 ਵਜੇ ਖੋਲ੍ਹ ਕੇ ਬੈਠੇ ਹੋਏ, ਰਾਤੀ 3-4 ਵਜੇ ਉਹ ਵਹੀਕਲ ਖੋਲ੍ਹ ਕੇ ਬੈਠੇ ਹੋਏ। ਉਸ ਤੋਂ ਬਾਅਦ ਕੀ ਹੈ ਕਿ ਜਾਗਣ ਦੇ ਟਾਈਮ 'ਤੇ ਅੰਮ੍ਰਿਤਸਰ ਵਰਗੇ ਸ਼ਹਿਰ ਜਾ ਕੇ ਜਾਗਣ ਦੇ ਟਾਈਮ 'ਤੇ ਆਪਾਂ ਸੌ ਰਹੇ ਹਾਂ, ਜਿਹਨੇ ਸਾਨੂੰ ਕਮਰਾ ਕਿਰਾਏ ਦੇ ਦਿੱਤਾ ਉਹ ਉਹ ਰੋਂਦਾ ਹੋਣਾ ਕਿ ਯਾਰ ਕਿਹਨੂੰ ਦੇਤਾ ਬੈੱਡ, ਬੈੱਡ ਦੇ ਪੈਸੇ ਦਿੱਤੇ ਹੋਏ ਅਤੇ ਨਾਲ ਇੱਕ ਮੈਟਰਸ ਵਿਛਾਇਆ ਕਰਦਾ ਵੀ ਆਇਆ ਥੱਲੇ, ਭਰਾਵਾ ਸਾਰੇ ਪੂਜੇ ਬੈਠ ਖਾਲੀ ਭਾਜੀ ਤੁਸੀਂ ਆਪਣਾ ਬੈਡ ਖੋਲ ਕੇ ਲੈ ਜਾਓ, ਅਸੀਂ ਇੱਥੇ ਐਡਜਸਟ ਹੋ ਜਾਵਾਂਗੇ। ਹਾਂ ਦੇਖ ਲਈ ਸਨੈਪਚੈਟ, ਉਹ ਤਾਂ ਮਤਲਬ ਆਹ ਸੀ ਸੀਗੀ, ਪੈਸੇ ਪੈਸੇ ਆਪਾਂ ਦਿੱਤੇ ਬੈੱਡ ਦੇ ਥੱਲੇ ਸਾਰੇ ਪਏ ਆ, ਅਤੇ ਕੰਬਲ ਕੁੰਬਲ ਉਹਦੇ ਉੱਤੇ ਚੱਕੇ ਹੋਏ, ਵਿੱਚ ਉਹ ਰੱਖੇ ਫੁੱਲੇ ਰੱਖੇ ਹੋਏ, ਉਹ ਮੂੰਗਫਲੀਆਂ ਰੱਖੀਆਂ ਹੋਈਆਂ, ਪੋਪਕੋਰਨ ਰੱਖੇ ਚੰਬੀ ਜਾਂਦੇ ਉਹ ਨਹੀਂ ਦੇਰ ਦੇ, ਐਂਡ ਸੀ ਯਾਰ ਗੱਲਬਾਤ ਯਾਰ। ਉਹ ਟਾਈਮ ਨਹੀਂ ਭੁੱਲਣਾ, ਬਸ ਟ੍ਰਿਪ ਆਉਣ ਲੱਗੀ ਉਹਦਾ ਵੀ, ਬਸ ਵੇਟ ਕਰੋ ਬਸ ਪੇਪਰ ਦੇ ਲੈਂਦਾ ਸਾਨੂੰ, ਫਿਰ ਟ੍ਰਿਪ ਇੱਦਾਂ ਦੀ ਆਉਣੀ ਆ, ਜੇ ਤਾਂ ਸਾਨੂੰ ਛੁੱਟੀਆਂ ਪੈ ਗਈਆਂ ਲੰਬੀਆਂ, ਫਿਰ ਤਾਂ ਦੇਖੋ ਮੇਰਾ ਕਜ਼ਨ ਨੇ ਵੀ ਆਉਣਾ ਵਾ, ਫਿਰ ਮੈਂ ਉਹਦਾ ਵੀ ਜਾਊਂਗਾ, ਕਿਤੇ ਨਾ ਕਿਤੇ ਜਾਵਾਂਗੇ ਆਪਾਂ, ਤੁਹਾਨੂੰ ਮਤਲਬ ਫੁੱਲ ਘੈਂਟ ਐਂਟਰਟੇਨਿੰਗ ਵਲੌਗ ਆਉਣਗੇ ਆਪਣੇ, ਇਹ ਵੀ ਨਾਲ ਹੀ ਜਾਊਗਾ ਜਿਹੜਾ ਬਣਦਾ ਆ, ਫਿਰ ਆਪਾਂ ਤਿੰਨੋਂ ਜਾਵਾਂਗੇ, ਉੱਨੀ ਉਹ ਆਪਾਂ ਦੋਨੋਂ ਤੋਂ ਜਾਵਾਂਗੇ, ਇਹ ਚੱਕਰ ਆ ਸਾਰਾ। ਫਿਰ ਮਤਲਬ ਪੂਰੀ ਘੈਂਟ ਵਲੌਗ ਆਉਣ ਵਾਲੇ, ਤੁਸੀਂ ਸਾਰੇ ਜਣੇ ਦੇਖੋ, ਪੇਪਰ ਤੋਂ ਬਾਅਦ ਖੁੱਲ੍ਹਾ ਟਾਈਮ ਹੋਇਆ, ਘਰ ਦੇ ਜਾਣ ਦਊਗੇ, ਉਹੀ ਕਹਿ ਰਹੇ ਜੀ, ਪੇਪਰ ਤੋਂ ਬਾਅਦ ਖੁੱਲ੍ਹਾ ਟਾਈਮ,
ਖੁੱਲ੍ਹਾ ਟਾਈਮ ਕਿੰਨਾ ਕੁ ਟਾਈਮ ਮਹੀਨਾ ਨਹੀਂ ਇੰਨਾ ਨਹੀਂ ਮਿਲਦਾ ਪਰ ਗਰਮੀ ਛੁੱਟੀਆਂ ਹੋਣੀਆਂ ਉਦੋਂ ਮਿਲ ਵੀ ਸਕਦਾ ਜੇ 15-20 ਦਿਨ ਹੋਏ ਤਾਂ ਭੇਜ ਦੂਗੇ ਬਸ ਠੀਕ ਹੈ ਇੰਨਾ ਕੁ ਤਾਂ ਮਿਲ ਜਾਣਾ ਫਿਰ ਤਾਂ ਸਾਡਾ ਡਰ ਨਾ ਹੁਣ ਤੁਸੀਂ ਆਪ ਦੇਖ ਲਓ ਬੈਕ ਟੂ ਬੈਕ ਟ੍ਰਿਪ ਮਾਰਦੇ ਆਪਾਂ ਠੀਕ ਆ ਗੋਆ ਬੈਕ ਟੂ ਪੇਪਰ ਟੂ ਪੇਪਰ ਮਾਰਦੇ ਹਾਂ ਅਸੀਂ ਅੰਮ੍ਰਿਤਸਰ ਗਏ ਸੀ ਪੇਪਰ ਮੁੱਕਣ ਤੋਂ ਬਾਅਦ ਗਏ ਸੀਗੇ ਚੌਦਾਂ ਨੂੰ ਪੇਪਰ ਮੁੱਕੇ ਬਾਰਾਂ ਤੋਂ ਚਲੋ ਬੰਦਾ ਰਿਲੈਕਸ ਹੁੰਦਾ ਥੋੜਾ ਬਹੁਤਾ ਤੇਰਾਂ ਨੂੰ ਮੇਰੇ ਰਾਤੀ ਦਿਮਾਗ ਚ ਕੁਛ ਕਰਦੇ ਨੂੰ ਮੇਰੇ ਦਿਮਾਗ ਚ ਰਾਤੀ ਖੁਰਾ ਮੈਂ ਕਿਹਾ ਯਾਰ ਚੌਦ
ਫੇਅਰਵੈਲ ਆਪਾਂ ਗਏ ਨਹੀਂ, ਸਾਡਾ ਮੂਡ ਸੀਗਾ ਹੀ ਨਹੀਂ ਫੇਅਰਵੈਲ ਦਾ। ਜਿਹੜੇ ਗਏ ਉਹਨਾਂ ਨੇ ਪਤਾ ਨਹੀਂ ਕੀ ਖੜ ਲਿਆ। ਜਿਹੜਾ ਗਿਆ ਸੀ ਭਰਾਵਾ ਉਹ ਮੈਨੂੰ ਕਈ ਕਹਿੰਦਾ ਧੱਕੇ ਨਾਲ ਲੈ ਗਿਆ ਯਾਰ, ਐਵੇਂ ਲੈ ਗਿਆ ਮੈਨੂੰ, ਕਹਿੰਦਾ ਮੈਂ ਪੈਸੇ ਲਵਾ ਤੇ ਕੋਈ ਫਾਇਦਾ ਵੀ ਨਹੀਂ ਹੋਇਆ ਜਾਣ ਦਾ। ਮਤਲਬ ਟ੍ਰਿਪਸ ਆਪਣੇ ਆਉਣ ਲੱਗੇ ਆ, ਕੁੱਲ ਮਿਲਾ ਕੇ ਗੱਲ ਇੰਨੀ ਹੈ ਕਿ ਪੂਰੇ ਘੈਂਟ ਟ੍ਰਿਪ ਆਉਣ ਲੱਗੇ ਆ। ਗੋਆ ਦਾ ਵੀ ਆਉਣ ਲੱਗਾ, ਥੋੜ੍ਹਾ ਟਾਈਮ ਬਸ ਵੇਟ ਕਰ ਲਓ, ਥੋੜ੍ਹੇ ਕੁ ਦਿਨਾਂ ਦੀ ਗੱਲ ਹੋਰ ਆ। 20 ਤਰੀਕ ਨੂੰ ਆਉਣਾ ਹੈ ਵਾਲਾ ਵਲੋਗ, ਉਹ ਤੋਂ ਬਸ 7-8 ਦਿਨ ਰਹਿਣੇ ਸਾਡੇ ਪੇਪਰਾਂ ਨੂੰ, ਪੂਰੀ ਅੱਤ ਕਰਾਵਾਂਗੇ ਪੂਰੀ। ਬਸ ਇੱਕ ਵਾਰ ਸਾਨੂੰ ਵਿਹਲੇ ਹੋ ਲੈਣ ਦਿਓ ਬਸ ਪੇਪਰਾਂ ਦੇ ਵਿੱਚ। ਅੱਛਾ ਮੈਂ ਨਾ ਨਾ ਕਦੀ ਪੇਪਰਾਂ ਦੇ ਵਿੱਚ ਆ ਜਾਣਗੇ ਵਲੋਗ, ਜਾਇਆ ਆਇਆ ਜਾਇਆ ਕਰਨਾ ਵਾ ਤਾਂ ਵਲੋਗ ਬਣ ਜਾਣਗੇ। ਘੱਟ ਆਉਣਗੇ ਭਾਵੇਂ ਦੋ ਪੇਪਰਾਂ ਜੋੜ ਕੇ ਬਣੇ, ਲੇਕਿਨ ਵਲੋਗ ਆ ਜਾਇਆ ਕਰਨਗੇ। ਹੁਣ ਸਟ੍ਰੀਕ ਆਪਾਂ ਚਲਾਈ ਤਾਂ ਹੋਈ ਹੈ, ਇੱਕ ਦਿਨ ਛੱਡ ਕੇ ਪਾਉਣ ਵਾਲੀ, ਦੇਖੋ ਕਿੰਨੇ ਦਿਨ ਚੱਲਦੀ ਹੈ। ਸ਼ਾਇਦ ਕਾਫੀ ਵਲੋਗ ਪੈ ਚੁੱਕੇ ਆ ਇਸ ਸਟ੍ਰੀਕ ਦੇ ਵਿੱਚ, ਉਹ ਚੱਕਰ ਆ ਸਾਰਾ। ਉੱਦਾਂ ਮੈਂ ਪਹਿਲਾਂ ਚਲਾਈ ਹੋਈ ਸੀਗੀ ਦੋ ਵਲੋਗ ਇੱਕ ਦਿਨ ਦੇ ਵਿੱਚ, ਦੋ ਵਲੋਗ ਇੱਕ ਦਿਨ, ਦੂਜੇ ਦਿਨ ਵਲੋਗ, ਤੀਜੇ ਦਿਨ ਛੁੱਟੀ, ਫਿਰ ਚੌਥੇ ਪੰਜਵੇਂ ਦਿਨ ਵਲੋਗ, ਛੇਵੇਂ ਦਿਨ ਛੁੱਟੀ, ਇੱਦਾਂ ਚਲਾਉਂਦਾ ਸੀਗਾ। ਜੇ ਮੈਂ ਇੱਦਾਂ ਨਾ ਕਰਕੇ ਇੱਕ ਇੱਕ ਦਿਨ ਕਰਦਾ ਨਾ, ਫਿਰ ਮੈਂ ਇਹ ਵਲੋਗ ਮੇਰਾ ਪਤਾ ਨਹੀਂ 26-27 ਤਰੀਕ ਨੂੰ ਪੈਣਾ ਸੀਗਾ ਇਹ ਵਲੋਗ, ਇੰਨੇ ਮੁੱਕ ਵੱਜਣਗੇ। ਪਰ ਇਹ ਕਿ 20 ਤਰੀਕ ਨੂੰ ਪੈਣਾ ਵਲੋਗ, ਅਤੇ ਫਿਲਮ ਵਾਲਾ ਵਲੋਗ ਵੀ ਹੈਗਾ ਵਾ। 14 ਤਰੀਕ ਨੂੰ ਇੱਕ ਵਲੋਗ ਪਾਇਆ ਸੀਗਾ KGF2 ਵਾਲਾ, ਉਹ ਵਲੋਗ ਵੀ ਬੜਾ ਘੈਂਟ ਆ, ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ। ਹਾਂ ਮੈਂ ਦੇਖ ਰਿਹਾ, ਹਾਂ ਉਹੀ ਨਾ, ਇਹਨਾਂ ਨੂੰ ਕਹਿ ਰਿਹਾ ਤੂੰ ਤਾਂ ਦੇਖ ਲਿਆ, ਮੈਂ ਤੇਰੇ ਪੜ੍ਹ ਲਿਆ ਇੱਕ ਮਿੰਟ, ਅਤੇ ਸਾਰੇ ਜਣੇ ਜ਼ਰੂਰ, ਬੜਾ ਘੈਂਟ ਵਲੋਗ ਉਹ, ਸਾਰੇ ਮੈਂ ਲਿਖਿਆ ਇਹ ਤਾਂ ਮੈਂ ਗਿਆ ਸੀਗਾ। ਬਾਕੀ ਇੱਧਰ ਵੀ ਇਹ ਤੋਂ ਪਿਛਲਾ ਜਿਹੜਾ ਵਲੋਗ ਉਹ 'ਚ ਮੇਰੇ ਹੱਥ 'ਚ ਚਾਹ ਚੂਡ ਲੱਗੀ ਹੋਣੀ, ਉਹ ਵਾਲਾ ਵਲੋਗ ਹੋਣਾ ਚਾਹ ਪੀ ਲਈ ਜੀ, ਪੀ ਉਹ ਸੋਰੀ ਪੀ ਲਈ ਜੀ ਪੀ ਲਈ, ਇਹ ਗੱਲ ਹੱਥ 'ਚ ਸੀਗਾ। ਬਸ ਇੰਨੀ ਗੱਲ ਸੀਗੀ। ਬਸ ਮਤਲਬ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵਿਊ ਤੁਸੀਂ ਪ੍ਰੋਪਰ ਰੱਖੋ। ਟ੍ਰਿਪ ਆਪਣੇ ਸ਼ੁਰੂ ਹੋਣ ਵਾਲੇ ਹੀ ਆ, ਬਸ ਹੋਣ ਵਾਲੇ ਆ ਬਸ। ਨਹੀਂ ਮਤਲਬ ਜਾਵਾਂਗੇ ਗੋਆ ਤਾਂ ਚਲੋ ਆਪਣਾ ਪੱਕਾ ਹੋ ਜਾਊਗਾ ਜੇ ਇਹਦੇ ਘਰ ਦੇ ਮੰਨ ਗਏ ਤਾਂ। ਨਹੀਂ ਮੈਂ ਤਾਂ ਜਾਊਂਗਾ ਹੀ, ਮੈਂ ਜਾਊਂਗਾ, ਇਹਦੇ ਘਰ ਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਾਈ ਰੋਡ ਠੀਕ ਆ, ਗੋਆ ਬਾਈ ਰੋਡ ਆ ਤਾਂ ਜਾਵਾਂਗੇ ਜੇ ਤਾਂ ਸਾਡਾ ਹੋਰ ਹੋਰ ਫਰੈਂਡ ਹੋਇਆ, ਜੇ ਚਾਰ ਬੰਦੇ ਆਪਾਂ ਨਾਲ ਗਏ ਹੋਰਾਂ ਨੂੰ ਤਾਂ ਪੁੱਛਾਂਗੇ ਆਪਾਂ। ਜੇ ਤਾਂ ਲਗਭਗ ਗਏ ਬਾਈ ਰੋਡ, ਜੇ ਆਪਾਂ ਬਾਈ ਰੋਡ ਗਏ ਫਿਰ ਮੈਕਸੀਮਮ 7 ਮਿਨੀਮਮ 6 ਬੰਦੇ ਜਾਵਾਂਗੇ ਜੇ ਬਾਈ ਰੋਡ ਗਏ ਤਾਂ। ਨਹੀਂ ਤਾਂ ਫਿਰ ਜੇ ਤਾਂ ਬਾਈ ਰੋਡ ਨਾ ਗਏ ਫਿਰ ਤਾਂ ਫਲੈਟ ਨਹੀਂ ਫਲਾਈਟ, ਫਲੈਟ ਲੋਕਾਂ ਨੂੰ ਸੋਚਣਾ ਕਿਹੜੇ ਚੁਬਾਰੇ ਤੋਂ ਜਾਣਗੇ ਜੇ ਬਾਈ ਰੋਡ ਨਾ ਗਏ ਤਾਂ। ਫਲਾਈਟ 'ਚ ਪੈ ਜੂਗਾ ਘੱਟੋ ਘੱਟ 10-12 ਹਜ਼ਾਰ ਇੱਕ ਬੰਦੇ ਦਾ ਪੈਗਾ। ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਸਾਰਾ ਦੇਖ ਲਾਂਗੇ, ਕੋਈ ਨਹੀਂ, ਕੋਈ ਇਸ਼ੂ ਨਹੀਂ ਹੈਗਾ। ਮਤਲਬ ਸਟੇ ਟਿਊਨ, ਗੋਆ ਹੀ ਨਹੀਂ ਹੋਰ ਵੀ ਬੜੇ ਟ੍ਰਿਪ ਆਉਣਗੇ ਸਾਨੂੰ, ਛੁੱਟੀਆਂ ਵਧੀਆ ਮਿਲੀਆਂ, ਘੈਂਟ ਛੁੱਟੀਆਂ ਮਿਲੀਆਂ ਤਾਂ। ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਰਵਾ ਕੇ ਨਜ਼ਾਰੇ ਬੰਨ ਦਾਂਗੇ। ਅਤੇ ਚਲੋ ਬਹੁਤ ਲੰਬਾ ਹੋ ਗਿਆ ਵਲੋਗ, 17-18 ਮਿੰਟ ਤੋਂ ਵੀ ਵੱਧ ਹੋ ਗਏ ਹੋਣਾ ਸ਼ਾਇਦ, ਕਿਉਂਕਿ ਇੱਕ ਇੱਕ ਕਲਿੱਪ ਦੇ ਸਾਰਾ ਵਲੋਗ ਬਣ ਗਿਆ, ਐਡੀਟਿੰਗ ਸਵਾਹ ਹੋਣੀ ਕੁਛ। ਇਸ ਵਲੋਗ ਦੀ ਆਪਾਂ ਇੱਥੇ ਕਰਨ ਲੱਗੇ ਐਡੀਟਿੰਗ, ਉਮੀਦ ਕਰਦੇ ਵਲੋਗ ਤੁਹਾਨੂੰ ਪਸੰਦ ਆਏਗਾ। ਜੇ ਪਸੰਦ ਆਇਆ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ, ਚੈਨਲ ਕਰ ਲਿਓ ਸਬਸਕ੍ਰਾਈਬ। ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰਾਮ ਦਾ ਲਿੰਕ ਹੈਗਾ, ਅਤੇ ਉਦੋਂ ਤੁਸੀਂ ਸਾਰੇ ਜਣੇ ਚੈੱਕ ਕਰ ਲਿਓ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਇੰਸਟਾਗ੍ਰਾਮ ਦਾ, ਚੈੱਕ ਕਰਿਓ ਸਾਰੇ ਜਣੇ। ਤੁਹਾਨੂੰ ਰੀਲਾਂ ਵਗੈਰਾ ਆਪਾਂ ਪਾਉਂਦੇ ਹਾਂ ਉਹਦੀ ਯੂਟਿਊਬ ਦੀ ਇੰਗੇਜਮੈਂਟ ਲਈ, ਅਤੇ ਬਾਕੀ ਨਵੇਂ ਵਲੋਗ ਮਿਲਦੇ ਇਸ ਵੇਲੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬਸ ਕਰ ਲਿਓ, ਹੋਰ ਕੁਛ ਸਮਝ ਨਹੀਂ ਆਉਂਦਾ ਹੁਣ ਬੋਲਣ ਨੂੰ।